ਵਿਦੇਸ਼ ਭੇਜਣ ਦਾ ਚਾਂੰਤਾ ਦੇ ਕੇ ਨੌਜਵਾਨਾਂ ਨੂੰ ਅਗਵਾ ਕਰਕੇ ਫਰौती ਮੰਗਣ ਵਾਲੇ ਮਨੁੱਖੀ ਤਸਕਰੀ ਗੈਂਗ ਦੇ 5 ਮੈਂਬਰਾਂ ਨੂੰ ਮਹਾਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਐਸਐਸਪੀ ਮਹਾਲੀ ਡਾਕਟਰ ਸੰਦੀਪ ਗਰਗਨੇ ਦੱਸਿਆ ਕਿ ਮਹਾਲੀ ਦੇ ਖਾਰੜ ਅਤੇ ਬਲੋਂਗੀ ਵਿੱਚ ਦੋ ਮਾਮਲੇ ਦਰਜ ਕੀਤੇ ਗਏ ਸੀ ਪੁਲਿਸ ਜਾਂਚ ਵਿੱਚ ਪਤਾ ਚੱਲਿਆ ਕਿ ਪੰਜਾਬ ਚ ਇਸ ਗੈਂਗ ਦੇ ਕਈ ਮੈਂਬਰ ਅਲੱਗ-ਅਲੱਗ ਜਗ੍ਹਾ ਤੇ ਫੈਲੇ ਹੋਏ ਨੇ ਜੋ ਨੌਜਵਾਨਾਂ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਇੰਡੋਨੇਸ਼ੀਆ ਤੇ ਸਿੰਗਾਪੁਰ ਭੇਜਦੇ ਸੀ ਨੌਜਵਾਨਾਂ ਨੂੰ ਉੱਥੇ ਅਗਵਾ ਕਰਕੇ ਉਹਨਾਂ ਦੇ ਘਰ ਵਾਲਿਆਂ ਤੋਂ ਲੱਖਾਂ ਰੁਪਏ ਦੀ ਫਰौती ਮੰਗਦੇ ਸੀ ਇਸ ਕੇਸ ਦੇ ਵਿੱਚ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਇੰਡੋਨੇਸ਼ੀਆ ਵਿੱਚ ਬੈਠੇ ਸਨੀ ਕੁਮਾਰ ਉਰਫ ਸਨੀ ਅਤੇ ਸਿੰਗਾਪੁਰ ਵਿੱਚ ਬੈਠੇ ਜਸਵੀਰ ਸਿੰਘ ਉਰਫ ਸੰਜੇ ਨੂੰ ਮੁੱਖ ਮੁੱਲਦਮ ਦੇ ਤੌਰ ਤੇ ਨਾਮਜ਼ਦ ਕੀਤਾ ਗਿਆ। ਇਸ ਗੈਂਗ ਦੇ કુલ 12 ਮੈਂਬਰ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਘਰਵਾਲਿਆਂ ਤੋਂ ਫਰੋਤੀ ਦੀ ਰਕਮ ਵਸਤੂਲਣ ਦਾ ਕੰਮ ਕਰਦੇ ਸੀ। ਇਹਨਾਂ ਵਿੱਚੋਂ ਜਲੰਧਰ ਦੀ ਬਲਜੀਤ ਕੌਰ, ਗੁਰਜੀਤ ਸਿੰਘ ਉਰਫ ਮੰਗਾ, ਹੁਸ਼ਿਆਰਪੁਰ ਦੇ ਸਾਹਿਲ ਸੋਮ ਰਾਜ ਅਤੇ ਵੀਨਾ ਨੂੰ ਗ੍ਰਿਫਤਾਰ ਕੀਤਾ ਗਿਆ। ਜਦਕਿ ਸੋਨੀਆ, ਅਭਿਸ਼ੇਕ, ਮਲਕੀਤ, ਟੋਨੀ, ਭਪਿੰਦਰ, ਸੰਦੀਪ, ਆਰਤੀਆ ਤੇ ਸੁਮਨਦੀ ਪੁਲਿਸ ਨੂੰ ਅਜੇ ਵੀ ਪਾਲ